ਸ੍ਰੀ ਰਾਗ ਮਹੱਲਾ ਪੰਜਵਾ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜਿਨ੍ਹਾਂ ਪਦਾਰਥਾਂ ਨੂੰ ਮਿੱਠਾ ਸਮਝ ਕੇ ਖਾਧਾ ਉਹਨਾਂ ਤੋਂ ਕੌੜਾ ਹੀ ਸਵਾਦ ਆਇਆ, ਭਾਵ ਦੁੱਖ ਹੀ ਪੈਦਾ ਹੋਇਆ। ਜਿਨ੍ਹਾਂ ਨੇ ਬਹੁਤਾ ਹੀ ਮਿੱਠਾ ਖਾਂਦਿਆਂ ਖਾਂਦਿਆਂ ਸਰੀਰ ਵਿੱਚ ਸ਼ੂਗਰ ਆਦਿਕ ਰੋਗ ਪੈਦਾ ਕਰ ਲਏ, ਬਹੁਤਾ ਮਿੱਠਾ ਖਾਂਦਿਆਂ ਖਾਂਦਿਆਂ ਸਰੀਰ ਦੇ ਭਾਰ ਵੱਧ ਜਾਂਦੇ ਨੇ, ਬਹੁਤਾ ਮਿੱਠਾ ਖਾਂਦਿਆਂ ਖਾਂਦਿਆਂ ਸਰੀਰ ਦੇ ਅੰਦਰ ਜ਼ਹਿਰਵਾਦ ਵੀ ਹੋ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਲੋਕ ਮਿੱਠਾ ਕਰਕੇ ਖਾਂਦੇ ਨੇ, ਇਹ ਮਿੱਠੀ ਚੀਜ਼ ਹੈ। ਸ਼ਰਾਬੀ ਕਹਿੰਦੇ ਸ਼ਰਾਬ ਹੀ ਅੰਮ੍ਰਿਤ ਹੈ, ਇਹੀ ਮਿੱਠੀ ਲੱਗਦੀ ਸਾਨੂੰ। ਹੋਰ ਜਿਹੜੀਆਂ ਚੀਜ਼ਾਂ ਨੂੰ ਮਿੱਠੀ ਜਾਣ ਕੇ ਕੋਈ ਖਾਂਦਾ, ਸਤਿਗੁਰੂ ਕਹਿੰਦੇ ਅੰਤ ਨੂੰ ਉਹ ਸਾਰੀਆਂ ਚੀਜ਼ਾਂ ਜ਼ਹਿਰ ਰੂਪ ਹੋ ਜਾਂਦੀਆਂ ਨੇ। ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ। ਸੁਰਿਦ ਹੁੰਦਾ ਸੁਹਿਰਦ ਬਣਾਉਣਾ ਕੀਤਾ, ਕਿਹਨਾਂ ਨੂੰ? ਕਈਆਂ ਨੂੰ ਭਰਾ, ਕਈਆਂ ਨੂੰ ਮਿੱਤਰ, ਕਈਆਂ ਨੂੰ ਸੁਹਿਰਦ ਬਣਾਉਣਾ ਕੀਤਾ, ਇਹਨਾਂ ਨੂੰ ਆਪਣਾ ਬਣਾ ਕੇ। ਜਿਹੜਾ ਸੀ ਵਿਖਿਆ ਹੁੰਦੀ ਮਾਇਆ ਦੇ ਬਾਦ ਹੁੰਦੇ ਝਗੜਿਆਂ ਵਿੱਚ ਹੀ ਬੰਦਾ ਲੱਗਿਆ ਹੋਇਆ, ਇਹਨਾਂ ਨੂੰ ਸੁਹਿਰਦ ਬਣਾ ਲਿਆ ਅਤੇ ਮਾਇਆ ਦੇ ਝਗੜਿਆਂ ਵਿੱਚ ਫਸ ਗਏ। ਇਹ ਸਾਰੀਆਂ ਚੀਜ਼ਾਂ ਬਹੁਤ ਮਿਹਨਤ ਨਾਲ ਇਕੱਠੀਆਂ ਕੀਤੀਆਂ, ਪਰ ਸਤਿਗੁਰੂ ਕਹਿੰਦੇ ਜਾਂਦੇ ਬਿਲਮ ਨਾ ਹੋਵੇ ਵਿਣ ਨਾਵੈ ਬਿਸਮਾਦ। ਇਹਨਾਂ ਪਦਾਰਥਾਂ ਦੇ ਜਾਂਦਿਆਂ, ਇਹ ਸਾਰੀਆਂ ਚੀਜ਼ਾਂ ਦੇ ਜਾਂਦਿਆਂ, ਮਾਇਆ ਦੇ ਜਾਂਦਿਆਂ, ਇਹ ਘਰ ਬਾਰ ਜ਼ਮੀਨ ਜਾਇਦਾਦ ਦੇ ਜਾਂਦਿਆਂ ਦੇਰ ਨਹੀਂ ਲੱਗਦੀ। ਨਾਮ ਤੋਂ ਬਿਨਾਂ ਸਾਰੇ ਪਦਾਰਥ ਬਿਸਮਾਦ ਹੁੰਦਾ, ਮਿਥਿਆ ਹੀ ਨੇ, ਬਿਣ ਨਾਵੈ ਬਿਸਮਾਦ। ਕਿਉਂਕਿ ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀ, ਬਿਸਮਾਦ ਭੇਦ, ਬਿਸਮਾਦ ਰੂਪ, ਬਿਸਮਾਦ ਰੰਗ, ਬਿਸਮਾਦ ਨਾਂਗੇ ਫਿਰ ਹੈ ਜੰਤ। ਸਤਿਗੁਰੂ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਾਂਦਿਆਂ ਦੇਰ ਨਹੀਂ ਲੱਗਦੀ। ਜਦੋਂ ਚੀਜ਼ਾਂ ਗੁੰਮ ਹੁੰਦੀਆਂ, ਹੱਥ ਚੋਂ ਨਿਕਲਦੀਆਂ, ਤਾਂ ਛੇ ਨਹੀਂ ਲੱਗਦਾ, ਬਸ ਉਦੋਂ ਹੀ ਪਤਾ ਲੱਗਦਾ ਜਦੋਂ ਕਹਿੰਦੇ ਬਸ ਜੀ ਹੁਣ ਬ੍ਰੇਕਾਂ ਲੱਗ ਗਈਆਂ ਤੁਹਾਡੀਆਂ, ਤੁਸੀਂ ਨਹੀਂ ਜਾ ਸਕਦੇ। ਹੁਣ ਸਭ ਕੁਛ ਖੋਹ ਲਿਆ ਜਾਂਦਾ ਜੀਵ ਤੋਂ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰੂ ਦੀ ਸੇਵਾ 'ਚ ਲੱਗ ਮੇਰੇ ਮਨਾ, ਛੱਡਦੇ ਦੁਨੀਆਂ ਦਾ ਖਹਿੜਾ, ਸਤਿਗੁਰੂ ਮਹਾਰਾਜ ਦੀ ਸੇਵਾ ਕਰ। ਜੋ ਦੀਸੈ ਸੋ ਵਿਣਸਣਾ, ਮਤ ਮਨ ਕੀ ਮਤ ਤਿਆਗ ਰਹਾਓ। ਇਹ ਜੋ ਕੁਝ ਦਿਸ ਰਿਹਾ ਨਾਸ ਹੋਣ ਵਾਲਾ ਹੀ ਹੈ, ਇਸ ਕਰਕੇ ਮਨ ਦੀ ਮਤ ਤਿਆਗ ਕੇ ਨਾ ਗੁਰਮਤ ਅਨੁਸਾਰ ਚੱਲੀਏ ਆਪਾਂ, ਰਹਾਓ, ਵਿਸ਼ਰਾਮ ਦੇ ਕੇ। ਕਹਿੰਦੇ ਨੇ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ। ਜਿਵੇਂ ਹਰਕਾਇਆ ਕੂਕਰ, ਹਲਕਾਇਆ ਹੋਇਆ ਕੂਕਰ ਹੁੰਦਾ ਨਾ, ਹਲਕ ਜਾਂਦਾ ਜਦੋਂ ਕੁੱਤਾ, ਕਿ ਦਹਿ ਦਿਸ ਹਰ ਪਾਸੇ ਭੱਜਿਆ ਜਾਂਦਾ। ਸੋ ਹਲਕੇ ਕੁੱਤੇ ਵਿੱਚ ਚਾਰ ਨਿਸ਼ਾਨੀਆਂ ਹੁੰਦੀਆਂ ਨੇ, ਉਹ ਜੇ ਬੰਦੇ ਨੂੰ ਪਤਾ ਹੋਵੇ, ਇੱਕ ਪੂਛ ਉਹਦੀ ਸਿੱਧੀ ਹੋ ਜਾਂਦੀ ਬਿਲਕੁਲ ਡੰਡੇ ਵੱਤ, ਦੂਜਾ ਉਹਦੇ ਮੂੰਹ ਵਿੱਚੋਂ ਝੱਗ ਨਿਕਲਦੀ, ਤੀਜਾ ਪਾਣੀ ਤੋਂ ਬਹੁਤ ਡਰਦਾ, ਚੌਥਾ ਜਿਹਨੂੰ ਵੜਦਾ ਉਹਨੂੰ ਵੀ ਹਲਕ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਇਸੇ ਪ੍ਰਕਾਰ ਇਹ ਜੀਵ ਜਿਹੜਾ, ਇਹ ਪੂਛ ਜਿਵੇਂ ਕੂਕਰ ਦੀ ਸਿੱਧੀ ਹੋ ਜਾਂਦੀ, ਇਹਦਾ ਹੱਥ ਸਿੱਧਾ ਹੋ ਜਾਂਦਾ, ਲੋਕਾਂ ਤੋਂ ਮੰਗਦਾ ਹੀ ਫਿਰਦਾ, ਮੂੰਹ ਚੋਂ ਨਿੰਦਾ ਰੂਪ ਝੱਗ ਸੁੱਟਦਾ, ਤੀਜਾ ਉਹ ਸਾਧ ਸੰਗਤ ਰੂਪ ਜਲ ਤੋਂ ਡਰਦਾ, ਚੌਥਾ ਉਹ ਜਿਹਨੂੰ ਜਾ ਕੇ ਪੁੱਠੀ ਗੱਲ ਸਿੱਖਿਆ ਦੇ ਦਿੰਦਾ, ਉੱਥੇ ਗੁਰਦੁਆਰੇ ਕੁਛ ਨਹੀਂ, ਉੱਥੇ ਤਾਂ ਲੋਕ ਐਵੇਂ ਹੀ ਜਾਂਦੇ ਨੇ, ਉਹਨੂੰ ਵੀ ਹਟਾ ਦਿੰਦਾ ਨਾਲ ਹੀ, ਆਪ ਤਾਂ ਹਲਕੇ ਹੀ ਸੀ, ਦੂਜੇ ਨੂੰ ਵੀ ਹਲਕਾ ਦਿੱਤਾ। ਲੋਭੀ ਜੰਤ ਨਾ ਜਾਣੇ ਭੱਖ ਅਭੱਖ ਸਭ ਖਾਏ। ਇਹ ਜਿਹੜਾ ਲੋਭੀ ਬੰਦਾ ਨਾ, ਧਰਮ ਅਤੇ ਅਧਰਮ ਨੂੰ ਜਾਣਦਾ ਹੀ ਨਹੀਂ। ਭੱਖ ਅਭੱਖ ਦਾ ਭਾਵ ਹੁੰਦਾ ਭਾਵੇਂ ਖਾਣ ਵਾਲੀ ਚੀਜ਼ ਆ ਭਾਵੇਂ ਨਾ ਖਾਣ ਵਾਲੀ ਆ, ਸਾਰਾ ਕੁਛ ਹੀ ਖਾ ਜਾਂਦਾ। ਅਸੰਖ ਮਲੇਛ ਮਲ ਭੱਖ ਖਾਏ, ਜਿਹੜੀ ਚੀਜ਼ ਨਹੀਂ ਵੀ ਖਾਣੀ ਉਹ ਵੀ ਖਾ ਜਾਂਦਾ। ਲੋਭੀ ਪੁਰਸ਼ ਦੀ ਹਲਕੇ ਕੂਕਰ ਵਾਂਗੂ ਇਸੇ ਤਰ੍ਹਾਂ ਹੀ ਸਿੱਧੀ ਪੂਛ ਰਹਿੰਦੀ ਹੈ ਕਿ ਜਣੇ ਖਣੇ ਅੱਗੇ ਐਵੇਂ ਤਲੀ ਅੱਡੀ ਰੱਖਣੀ। ਇਸ ਕਰਕੇ ਸਤਿਗੁਰੂ ਕੇ ਨਿੰਦਾ ਕਰਦਾ, ਝੱਗ ਸੁੱਟਦਾ ਫਿਰਦਾ, ਨਾਮ ਦੇ ਪਾਣੀ ਤੋਂ ਸੰਗਦਾ, ਸੰਗਤ ਤੋਂ ਸੰਗਦਾ। ਲੋਭੀ ਦੀ ਸੰਗਤ ਜਿਹੜਾ ਕਰਦਾ ਉਹ ਲੋਭੀ ਕਾ ਵਿਸਾਹੂ ਨਾ ਕੀਚਾ ਜੇ ਕਾ ਪਾਰ ਵਸਾਏ। ਮਹਾਰਾਜ ਕਹਿੰਦੇ ਲੋਭੀ ਦੇ ਨਾਲ ਤੁਸੀਂ ਵੀ ਨਾ ਬੈਠਿਓ, ਧਿਆਨ ਰੱਖਿਓ ਉਹਦਾ, ਕਿਉਂਕਿ ਉਹ ਤਾਂ ਲੋਭੀ ਹੈ। ਜਿੱਧਰ ਨੂੰ ਉਹਨੂੰ ਪੈਸਾ ਮਿਲ ਗਿਆ, ਜੇ ਗੁਰੂ ਘਰ ਤੋਂ ਉਲਟ ਲੋਕਾਂ ਨੇ ਪੈਸਾ ਦੇ ਤਾ, ਉਹ ਗੁਰੂ ਘਰ ਵੱਲ ਮੂੰਹ ਕਰਕੇ ਹਲਕਾਏ ਵਾਂਗੂ ਭੌਂਕਦਾ, ਜੇ ਕਿਸੇ ਨੇ ਹੋਰ ਦੇ ਤਾ ਫਿਰ ਉਹਦੇ ਹੱਕ 'ਚ ਬੋਲਣ ਲੱਗ ਜਾਂਦਾ। ਇਸ ਕਰਕੇ ਲੋਭੀਆਂ ਦੀ ਤਰ੍ਹਾਂ ਜਿਹੜੇ ਨਰ ਨਿੰਦਕ ਨੇ ਸੰਸਾਰ ਦੇ ਅੰਦਰ, ਉਹ ਥਾਂ ਥਾਂ ਦੇ ਉੱਤੇ ਪੁੱਠੀਆਂ ਸਿੱਧੀਆਂ ਕੋਈ ਨਾ ਕੋਈ ਗੱਲਾਂ ਬੋਲਦੇ ਰਹਿੰਦੇ। ਸਤਿਗੁਰੂ ਕਹਿੰਦੇ ਨੇ
ਇਹਨਾਂ ਕੋਲੋਂ ਸਾਵਧਾਨ ਰਹੀਦਾ ਹਮੇਸ਼ਾ। ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ, ਉਹ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਆਪਣੇ ਵਿੱਚ ਵਿਆਪਣ ਕਰਕੇ ਮੁੜ ਮੁੜ ਕੇ ਜੂਨੀਆਂ ਚ ਪੈਂਦਾ ਰਹਿੰਦਾ ਹੈ, ਕਿਉਂਕਿ ਵਾਰ ਵਾਰ ਭਟਕਦਾ ਜੋ ਰਹਿੰਦਾ ਉਹ। ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਪਰਮੇਸ਼ਰ ਨੇ ਮਾਇਆ ਰੂਪ ਜਾਲ ਖਿਲਾਰ ਕੇ ਵਿਸ਼ਿਆਂ ਰੂਪ ਚੋਗਾ ਬਣਾਇਆ, ਇਹਦੇ ਵਿੱਚ ਤਾਂ ਉਹ ਚੋਗੇ ਦੇ ਵਿੱਚ ਫਸ ਜਾਂਦਾ। ਮਾਇਆ ਦੇ ਜਾਲ ਵਿੱਚ ਫਸ ਕੇ ਵਿਸ਼ਿਆਂ ਦੇ ਚੋਗੇ ਵਿੱਚ ਜਦੋਂ ਫਸ ਜਾਂਦਾ ਹੈ, ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨਾ ਪਾਏ ਮਾਏ, ਮਾਏ ਤੋਂ ਪਾਵੇ ਭਾਈ ਇਹ ਜਾਲ ਵਿੱਚ ਤ੍ਰਿਸ਼ਨਾ ਵਾਲਾ ਜੀਵ ਰੂਪ ਪੰਛੀ ਫਸਿਆ ਹੋਇਆ, ਜੋ ਇਸ ਜਾਲ ਵਿੱਚੋਂ ਨਿਕਲਣਾ ਨਹੀਂ ਪਾ ਸਕਦਾ, ਕਿਉਂਕਿ ਉਹ ਹੁਣ ਨਿਕਲ ਹੀ ਨਹੀਂ ਸਕਦਾ। ਜਿਹੜਾ ਬੰਦਾ ਚਾਰੇ ਪਾਸਿਓਂ ਘਿਰ ਜਾਵੇ, ਹੱਥ ਪੈਰ ਬੰਨੇ ਜਾਣ, ਉਹ ਕਿੱਥੋਂ ਨਿਕਲ ਸਕਦਾ। ਜਿਨ ਕੀਤਾ ਤਿਸੈ ਨਾ ਜਾਣਈ ਫਿਰ ਫਿਰ ਆਵੈ ਜਾਏ, ਜਿਨ ਕੀਤਾ ਜਿਸ ਵਾਹਿਗੁਰੂ ਨੇ ਉਹਨੂੰ ਪੈਦਾ ਕੀਤਾ ਹੈ ਉਹਨੂੰ ਤਾਂ ਇਹ ਜਾਣਦਾ ਹੀ ਨਹੀਂ, ਕਹਿੰਦਾ ਰੱਬ ਤਾਂ ਹੈ ਹੀ ਨਹੀਂ, ਮੁੱਕਰੀ ਗਿਆ ਪਰਮਾਤਮਾ ਤੋਂ। ਇਸ ਕਰਕੇ ਮੁੜ ਮੁੜ ਕੇ ਜੰਮਦਾ ਮਰਦਾ ਰਹਿੰਦਾ। ਅਨਕ ਪ੍ਰਕਾਰੀ ਮੋਹਿਆ ਬਹੁਵਿਧ ਇਹ ਸੰਸਾਰ, ਇਹ ਜੋ ਬਹੁਤ ਤਰ੍ਹਾਂ ਦਾ ਸੰਸਾਰ ਹੈ ਨਾ, ਇਹਨੂੰ ਮਾਇਆ ਨੇ ਅਨੇਕ ਤਰ੍ਹਾਂ ਦੇ ਨਾਲ ਆਪਣੇ ਵੱਲ ਖਿੱਚਿਆ ਹੋਇਆ, ਮੋਹਿਆ ਹੋਇਆ। ਮਾਇਆ ਤਰ੍ਹਾਂ ਤਰ੍ਹਾਂ ਦੇ ਜਾਲ ਪਾ ਕੇ ਇਹਨੂੰ ਖਿੱਚ ਲੈਂਦੀ ਹੈ, ਅਨੇਕ ਪ੍ਰਕਾਰ ਦੇ ਲਾਲਚ ਲੋਭ ਦਿਖਾ ਕੇ ਖਿੱਚ ਲੈਂਦੀ ਹੈ। ਜਿਸ ਨੂੰ ਰੱਖੈ ਸੋ ਰਹਿ ਸੰਮ੍ਰਿਥ ਪੁਰਖ ਅਪਾਰ, ਉਹ ਸਰਬ ਕਲਾ ਸਮਰੱਥ ਅਪਾਰ ਪੁਰਖ ਜੀ ਨੂੰ ਹੱਥ ਦੇ ਕੇ ਬਚਾ ਲੈਂਦਾ, ਉਹ ਇਹ ਤੋਂ ਬਚ ਰਹਿੰਦਾ। ਸੰਮ੍ਰਿਥ ਪਾਠ ਹੈ ਇੱਥੇ, ਸੱਸੇ ਉੱਤੇ ਟਿੱਪੀ, ਮੰਮੇ ਸਿਹਾਰੀ, ਪੈਰ ਚਰਾਰਾ, ਥੱਥੇ ਔਂਕੜ, ਕਈ ਜਗ੍ਹਾ ਸੰਮ੍ਰਥ ਆਉਂਦਾ। ਇੱਥੇ ਸੰਮ੍ਰਿਥ ਪੁਰਖ ਅਪਾਰ, ਹਰ ਜਨ ਹਰ ਲਿਵ ਉਧਰੇ ਨਾਨਕ ਸਦਬਲਿਹਾਰ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਲਿਵ ਲਾ ਕੇ ਨਾਮ ਦੇ ਵਿੱਚ ਮਾਇਆ ਤੋਂ ਉਧਰੇ ਬਚ ਗਏ। ਬਚਣ ਦਾ ਇੱਕੋ ਹੀ ਤਰੀਕਾ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਕਿ ਜਿਹੜੇ ਨਾਮ ਦੇ ਵਿੱਚ ਲੱਗ ਗਏ ਨੇ, ਕਿਉਂਕਿ ਨਾਮ ਹੀ ਸਾਨੂੰ ਇੱਕ ਬਚਾ ਸਕਦਾ ਹੈ, ਹੋਰ ਸਾਡੀ ਕੋਈ ਸਹਾਇਤਾ ਕਰਨ ਨੂੰ ਤਿਆਰ ਨਹੀਂ। ਸੰਸਾਰ ਵਿੱਚ ਡੁੱਬਦਿਆਂ ਨੂੰ ਡੁੱਬਣ ਵਾਲੇ ਬਹੁਤ ਨੇ, ਡੁੱਬਦਿਆਂ ਨੂੰ ਕੱਢਣ ਵਾਲਾ ਕੋਈ ਕੋਈ ਹੈ।